ਪਹਿਲਾਂ ਵੀ ਇੱਕ ਅਖਬਾਰਾਂ ਵਿੱਚ ਕੰਮ ਕਰਦਾ ਰਿਹਾ ਹਾਂਜੀ 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 ਕਿਹੜੀ ਅਖਬਾਰਾਂ 'ਚ ਮੈਂ ਸਾਰੀਆਂ 'ਚ ਕੀਤਾ ਸੀ ਸਾਰੀਆਂ ਕਿਹੜੀਆਂ ਉਨਾ ਪੰਜਾਬ ਕਿਸਤੀ ਦੈਨਿਕ ਜਾਗਰਣ ਕਿੱਥੋਂ ਹੁਸ਼ਿਆਰਪੁਰ ਨਹੀਂ ਨਹੀਂ ਇੱਧਰ ਕਿੱਦਾਂ ਆ ਗਿਆ ਫਿਰ ਇਸ ਕੰਮ 'ਚ ਨਹੀਂ ਇਹ ਤਾਂ ਭਾਈ ਸਾਹਿਬ ਬਣਾਉਂਦੇ ਸੀ ਬੜੀ ਹੋਰ ਸਟੋਰੀ ਹੈ ਕੋਰਟ 'ਚ ਕਰਾਂਗੇ ਜਦੋਂ ਨਾਕੇ ਦੇ ਉੱਤੇ ਚਾਰ ਨੌਜਵਾਨਾਂ ਨੂੰ ਰੋਕਿਆ ਅਤੇ ਉਹਨਾਂ ਤੋਂ ਜਾਅਲੀ ਕਰੰਸੀ ਜਿਹੜੀ ਹੈ ਬਰਾਮਦ ਹੋਈ ਹੈ ਕੁੱਲ 5,93,000 ਜਿਹੜੀ ਫੇਕ ਕਰੰਸੀ ਹੈ ਜਾਅਲੀ ਪਲੱਸ ਉਹ ਫੇਕ ਕਰੰਸੀ ਨੂੰ ਬਣਾਉਣ ਵਾਲੇ 2 ਸਕੈਨਰ ਪਲੱਸ 1 ਲੈਪਟਾਪ ਜੋ ਉਹਦੇ ਵਿੱਚ ਮਟੀਰੀਅਲ ਯੂਜ ਹੁੰਦਾ ਪੇਪਰ ਉਹ ਸਾਰੇ ਜਿਹੜੇ ਬਰਾਮਦ ਹੋਏ ਨੇ ਲਾਕਡਾਊਨ ਸਟਾਰਟ ਹੋਇਆ ਉਸ ਤੋਂ ਬਾਅਦ ਇਹਨਾਂ ਨੇ ਇਹ ਕੰਮ ਸਟਾਰਟ ਕੀਤਾ ਜਾਅਲੀ ਕਰੰਸੀ ਦਾ ਹੁਣ ਤੱਕ ਕਰੀਬ 15,00,000 ਦੇ ਕਰੀਬ ਜਿਹੜੀ ਕਰੰਸੀ ਹੈ ਮਾਰਕੀਟ ਵਿੱਚ ਜਿਹੜੀ ਹੈ ਉਹ ਚਲਾ ਚੁੱਕੇ ਨੇ ਹੁਸ਼ਿਆਰਪੁਰ ਪੁਲਿਸ ਨੇ ਜਾਅਲੀ ਭਾਰਤੀ ਕਰੰਸੀ ਛਾਪਣ ਵਾਲੇ 4 ਮੁਲਜ਼ਮਾਂ ਨੂੰ ਕਾਬੂ ਕਰਕੇ ਲੱਖਾਂ ਰੁਪਏ ਦੀ ਨਕਲੀ ਨੋਟ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਹੁਣ ਤੱਕ 15,00,000 ਦੇ ਕਰੀਬ ਦੀ ਜਾਅਲੀ ਕਰੰਸੀ ਤਿਆਰ ਕਰਕੇ ਮਾਰਕੀਟ ਵਿੱਚ ਚਲਾ ਚੁੱਕੇ ਹਨ ਜਿਸ ਤੋਂ ਬਾਅਦ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇੰਸਪੈਕਟਰ ਗੋਵਿੰਦਰ ਕੁਮਾਰ SHO ਸਿਟੀ ਵੱਲੋਂ ਇੱਕ ਸਪੈਸ਼ਲ ਜਿਹੜਾ ਓਪਰੇਸ਼ਨ ਚਲਾਇਆ ਗਿਆ ਸੀ ਅਤੇ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਨਾਕੇ ਦੇ ਉੱਤੇ 4 ਨੌਜਵਾਨਾਂ ਨੂੰ ਰੋਕਿਆ ਅਤੇ ਉਹਨਾਂ ਤੋਂ ਜਾਅਲੀ ਕਰੰਸੀ ਜਿਹੜੀ ਹੈ ਬਰਾਮਦ ਹੋਈ ਹੈ ਉਹਨਾਂ ਕੋਲ ਦੁਬਾਰਾ ਜਦੋਂ ਮਜੀਦ ਪੁੱਛਗਿੱਛ ਕੀਤੀ ਤਾਂ ਕੁੱਲ 5,93,000 ਜਿਹੜੀ ਫੇਕ ਕਰੰਸੀ ਹੈ ਜਾਅਲੀ ਪਲੱਸ ਉਹ ਫੇਕ ਕਰੰਸੀ ਨੂੰ ਬਣਾਉਣ ਵਾਲੇ 2 ਸਕੈਨਰ ਪਲੱਸ 1 ਲੈਪਟਾਪ ਜੋ ਉਹਦੇ ਵਿੱਚ ਮਟੀਰੀਅਲ ਯੂਜ ਹੁੰਦਾ ਪੇਪਰ ਉਹ ਸਾਰੇ ਜਿਹੜੇ ਬਰਾਮਦ ਹੋਏ ਨੇ ਪੁਲਿਸ ਨੂੰ ਬਹੁਤ ਵੱਡੀ ਸਫਲਤਾ ਮਿਲੀ ਹੈ ਜਿਨ੍ਹਾਂ ਦੇ ਖਿਲਾਫ਼ ਅਸੀਂ ਪਰਚਾ ਰਜਿਸਟਰ ਕਰ ਲਿਆ ਅਤੇ ਅਗਲੀ ਕਾਰਵਾਈ ਜਿਹੜੀ ਹੈ ਆਪਾਂ ਅਮਲ ਵਿੱਚ ਲਿਆ ਰਹੇ ਹਾਂ ਕਿੰਨੇ ਬੰਦੇ ਇਹਦੇ ਵਿੱਚ ਟੋਟਲ 4 ਬੰਦੇ ਨੇ ਜਿਹੜੇ ਇਹਦੇ ਵਿੱਚ ਇਨਵੋਲਵ ਨੇ ਜਾਅਲੀ ਕਰੰਸੀ ਦੇ ਵਿੱਚ ਇਹ ਜਿਹੜੀ ਕਰੰਸੀ ਫੜੀ ਗਈ ਹੈ ਇਹ ਕਿਹੜੇ ਕਿਹੜੇ ਨੋਟ ਛਾਪ ਦੇ ਸੀ ਇਹ ਸਾਰੇ ਤਰ੍ਹਾਂ ਦੇ ਨੋਟ ਛਾਪਦੇ 100 ਦਾ ਨੋਟ 200 ਦਾ ਨੋਟ 500 ਦਾ ਨੋਟ 2000 ਦਾ ਨੋਟ ਇਹ ਜਦੋਂ ਲਾਕਡਾਊਨ ਸਟਾਰਟ ਹੋਇਆ ਉਸ ਤੋਂ ਬਾਅਦ ਇਹਨਾਂ ਨੇ ਇਹ ਕੰਮ ਸਟਾਰਟ ਕੀਤਾ ਜਾਅਲੀ ਕਰੰਸੀ ਦਾ ਹੁਣ ਤੱਕ ਕਰੀਬ 15,00,000 ਦੇ ਕਰੀਬ ਜਿਹੜੀ ਕਰੰਸੀ ਹੈ ਮਾਰਕੀਟ ਵਿੱਚ ਜਿਹੜੀ ਹੈ ਉਹ ਚਲਾ ਚੁੱਕੇ ਨੇ ਇਹ ਇਹਨਾਂ ਵਿੱਚੋਂ ਜਿਹੜਾ ਇਹਨਾਂ ਦਾ ਬੋਸ ਹੈ ਕਿੰਗ ਪਿੰਨ ਆ ਉਹਦਾ ਹੁਸ਼ਿਆਰਪੁਰ ਸੈਂਟਰ ਟੋਨ ਦਾ ਰਹਿਣ ਵਾਲਾ 2 ਬੰਦੇ ਜਿਹੜੇ ਨੇ ਉਹਦੇ ਬਜਵਾਰੇ ਦੇ ਰਹਿਣ ਵਾਲੇ ਨੇ ਇੱਕ ਹਰਿਆਣੇ ਦਾ ਰਹਿਣ ਵਾਲਾ ਜਿਹੜਾ ਕਿੰਗ ਪਿੰਨ ਹੈ ਜਿਹੜਾ ਰਹਿਣ ਵਾਲਾ ਉਹਦਾ ਹਾਰਡ ਨੋਕ ਨਾਮ ਦਾ ਜਿਮ ਵੀ ਹੈ ਇਹਨਾਂ ਦੇ ਕੋਈ ਪਹਿਲਾਂ ਵੀ ਪਰਚੇ ਵਗੈਰਾ ਹਾਂ ਇਹਨਾਂ ਦੇ ਉੱਤੇ ਜਿਹੜੇ 2 ਮੁੰਡੇ ਨੇ ਜਿਹੜੇ ਇਹਨਾਂ ਦੇ ਪਹਿਲਾਂ ਵੀ ਪਰਚੇ ਨੇ ਦੋਵਾਂ ਉੱਤੇ ਪਹਿਲਾਂ ਵੀ ਪਰਚੇ ਨੇ ਜਿਹੜਾ ਕਿੰਗ ਪਿੰਨ ਹੈ ਉਹਦਾ ਕੀ ਕੰਮ ਹੈ ਵੈਸੇ ਬੇਸਿਕਲੀ ਉਹ ਇੱਕ ਉਹਨੇ ਜਿਮ ਖੋਲੀ ਹੋਈ ਹੈ ਆਪਣੀ ਪਲੱਸ ਉਹਨੇ ਇੱਥੇ ਕੋਈ ਜਿਹੜਾ ਪ੍ਰੋਡਕਟ ਜਿਹੜੇ ਹੁਸ਼ਿਆਰਪੁਰ ਤੋਂ ਗੁਰਦੀਪ ਸਿੰਘ ਦੀ ਰਿਪੋਰਟ ਫੀਸ ਕਮ ਹੋਣ ਤੋਂ ਬਾਅਦ ਇੱਕ ਵਾਰ ਸੇਵਾ ਦਾ ਮੌਕਾ ਜ਼ਰੂਰ ਦਿਓ ਬਲੈਕ ਮੈਜਿਕ ਨਾਲ 33 ਮਿੰਟਾਂ ਵਿੱਚ ਮਨਚਾਹਾ ਵਸ਼ੀਕਰਨ ਲਵ ਮੈਰਿਜ ਸੋਤਨ ਤੋਂ ਛੁਟਕਾਰਾ ਮਾਨਸਿਕ ਪ੍ਰੇਮੀ ਨੌਕਰੀ ਕਾਰੋਬਾਰ ਪੀਆਰ ਰੁਕਾਵਟ ਲਾਟਰੀ ਖੋਇਆ ਪਿਆਰ ਵਾਪਸ ਪਾਓ ਮਨਚਾਹੇ ਪਿਆਰ ਲਈ ਆਪਣੇ ਮਾਤਾ ਪਿਤਾ ਨੂੰ ਮਨਾਉਣਾ ਨਸ਼ੇ ਦੀ ਲੱਤ ਬੱਚਿਆਂ ਦਾ ਕਹਿਣ ਤੋਂ ਬਾਹਰ ਹੋਣਾ A to Z ਸਾਰੀ ਮੁਸੀਬਤਾਂ ਦਾ ਹੱਲ ਘਰ ਬੈਠੇ ਲਓ ਲੱਖਾਂ ਲੋਕਾਂ ਨੇ ਲਾਭ ਉਠਾਇਆ ਹੁਣ ਤੁਸੀਂ ਵੀ ਇੱਕ ਵਾਰ ਜ਼ਰੂਰ ਫੋਨ ਕਰੋ 100% ਗਾਰੰਟੀ ਨਾਲ ਹਰ ਸਮੱਸਿਆ ਦਾ ਹੱਲ ਬਾਬਾ ਚੰਦਨਪ੍ਰੀਤ ਜੀ ਕੋਲ ਮੋਬਾਈਲ ਨੰਬਰ 9876906396 9815836696